गुड मॉर्निंग, इधर स्मूथी बन रही। स्मूथी हां बस पीनट बटर पाला 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 नो नो डाल दी इसको कुछ नहीं ना किधर क्या फ्रिज जो ना सारा सब्जी फ्रूट ते सारा लटरम पटरम मिक्स है ड्राई फ्रूट गड्डी जो मैं स्टार्ट करनी होंगी है ना हम मैं हमेशा एक चीज याद आया करूंगी कि मैं तेन अंदर जाके लादी कल की होया खोलती नहीं हमेशा जो मैं स्टार्ट करनी होंगी ना दो तीन बार एन करा होंगी है लो जी अपना काम समाप्त मौसम सही होना स्टार्ट हो गया पूरा हूँ पूरा शाम को बहुत वधिया होंदा पर चक्कर यह है कि शाम को मेरी शिफ्ट ही होंगी है एक तरह ना मतलब आंदे आंदे माड़ा माड़े दिन होंगे थोड़े टाइम तक नेरा हो जाता सत श्री अकाल जी सारे वेलकम टू आवर चैनल एक मिनट जरूरी चीज वेलकम टू आवर चैनल नाम हैप्पी फुल उम्मीद करते सारे बहुत वधिया होंगे तो आप भी वधिया गड्डी स्टार्ट करके किट लिया चाबी विच लिया गए पाती मैं सुता उठा इग्नोर करे मूह पूरा घटो घट अद्धे घंटे तो ज्यादा टाइम लाता घर तेन नी पता चीज संभाल के रखी नहीं कम करता चाबी गड्डी स्टार्ट करके लिया गया तू चाबी आदि किट च पा ली देख दी संभाल के रखी ना वखरी मैं भूल गया मैं कहना तू याद करा दे दिमाग ते जोर पा मैं पाया मैं तो आंदे हुए चाबी नहीं लियाई स्टार्ट कर दी उसके बाद मेरे हाथ चाबी है नहीं वर्क परमिट आया पे स्टाफ वगैरह सही तरीके इकट्ठे करके हम अपलाई करन चले उदों पंगा ही हम देखो हो सकता की सॉल्व हो गया बथेरे धक्के खाधे घैंट मौसम कहते मेरे वीरों है वधिया सही है थोड़ा थोड़ा इंडिया टाइप मौसम हो जाता है पर बर्फा के ढेर नहीं खुरते धुप करके ना इतने गड्डी से थोड़ी पिछे धुप पैन डी इन्हें नहीं गड्डी गर्म जी हुई पी थोड़ी थोड़ी कल वैसे तो हीटर भी आना पर तेई दे आना सर सो फाइनली वी आर डन बाहर से दुनिया वालों मेरा क्रेडिट कार्ड अप्रूव हो गया है फाइनली फाइनली सो आज 2 साल मैंने इतने पूरे हो गए कनेडा के माड़े दिन शुरू बधाइया नहीं कहना चाहती सी मेरे कहने मतलब सी कि इहदे बारे कोई गल नहीं कीती बधाइया तां मैं मान लिया तैनूं कीने कहा सी बनाउण नूं तैनूं कीने कहा सी बनाउण नूं वैसे नहीं आपा ता हना ज्यादा मेनू ता दिन दुन नहीं जे पता मेनू ता अजे भी नहीं पता अज दा नहीं खास पता ही बस मेन अज दा पता हुंदा वा चलो
ਆਪਣਾ ਕੋਈ ਪਲਾਨ ਨਹੀਂ ਹੈ ਕੋਈ ਚੱਲ ਮੱਥਾ ਤਾਂ ਡੰਮਣਾ ਹੀ ਪੈਣਾ ਇਹਦਾ ਖਾਣਾ ਤਾਂ ਅੱਗੇ ਵੀ ਹੁੰਦਾ ਅੱਜ ਹੀ ਖਾਣਾ ਤਾਂ ਅੱਗੇ ਕੱਲ ਵੀ ਖਾ ਕੇ ਪਰ ਅੱਜ ਫੇਰ ਖਾ ਕੇ ਆਵਾਂਗੇ ਪਰ ਹੋਰ ਆਪਾਂ ਕੀ ਕਰ ਲੈਣਾ ਹੈ ਤੇ ਬਣੇ ਰਿਓ ਅੱਜ ਕੋਈ ਸਪੈਸ਼ਲ ਆਊਗਾ ਤੇ ਦੇਖਦੇ ਆਂ ਬਣਦਾ ਕੀ ਆ ਤੇ ਉਹ ਪੁਲਿਸ ਦੀ ਗੱਡੀ ਮੋਹ ਕਰੀ ਬਖਾਈ ਉਧਰ ਐ ਕੀਰ ਕੇ ਕਾਣ ਕੀਤਾ ਮੈਂ ਐ ਕੀਰ ਕੇ ਖਲੋ ਜਾਂਦੇ ਆ ਮਾਮੇ ਆ ਦੇਖੋ ਕੁਛ ਕਿ ਛਣਾ ਚ ਆਪਾਂ ਕੰਮ ਤੇ ਪਹੁੰਚ ਜਾਣਾ ਵਾ ਤੇ ਉਸ ਤੋਂ ਬਾਅਦ ਕੀ ਕੁਛ ਕ ਛਣਾ ਚ ਹਿੰਦੀ ਦਾ ਵਰਡ ਕੁਛ ਕਿ ਛਣ ਕੁਛ ਕ ਦੇ ਰਹੇ ਪੰਜਾਬੀ ਚ ਕੀ ਕਹਾਂਗੇ ਕੁਛ ਕਿ ਟਾਈਮ ਸਕਿੰਟਾ ਚ ਕੁਛ ਕਿ ਸਕਿੰਟਾ ਚ ਪਹੁੰਚ ਜਾਣਾ ਤਾਂ ਤੇ ਗਰਮੀ ਸੱਚੀ ਬੜੀ ਹੋ ਗਈ ਆ ਮੈਂ ਪਛਤਾਈ ਨਹੀਂ ਮੈਂ ਮੋਟਾ ਹੈ ਕਿਉਂ ਪਾਇਆ ਤੇ ਲਓ ਜੀ ਨਵਦੀਪੇ ਨੂੰ ਆਪਾਂ ਛੱਡਦੇ ਹਾਂ ਕੰਮ ਤੇ ਤੇ ਜਿੰਦੇ ਕਰਕੇ ਵਲੌਗ ਸ਼ੁਰੂ ਕੀਤਾ ਸੀ ਉਹ ਮੇਲ ਵੀ ਆ ਗਿਆ ਕਿ ਤੁਹਾਡਾ ਕੋਲ ਪਾਰਸਲ ਆਈ ਡਿਲੀਵਰ ਹੋ ਜਾਣਾ ਆ ਸੋ ਇੰਨਾ ਵਲੌਗ ਨਹੀਂ ਯਾਰ ਕੀ ਬਣਾਉਣਾ ਕਿਉਂਕਿ ਪਾਰਸਲ ਵਾਲੇ ਬਥੇਰੇ ਹੋ ਗਏ ਮੈਂ ਬਸ ਕਰੀਏ ਬਟ ਮੈਨੂੰ ਹਜੇ ਵੀ ਨਾ ਕਾਫੀ ਕਮੈਂਟਸ ਮੈਸੇਜ ਆਉਂਦੇ ਨੇ ਕਿ ਕੀ ਖਰਚਾ ਆਉਂਦਾ ਕੋਰੀਅਰ ਦਾ ਬਟ ਮੈਂ ਕਾਫੀ ਹੈ ਨਾ ਕਾਫੀ ਉਹਨੂੰ ਦੱਸਿਆ ਵੀ ਆ ਮੈਂ ਲਿੰਕ ਵੀ ਭੇਜਦਾ ਕਿ ਯਾਰ ਮੈਂ ਵਲੌਗ 'ਚ ਸਭ ਕੁਝ ਦੱਸਿਆ ਤੁਸੀਂ ਉੱਥੇ ਦੇਖ ਸਕਦੇ ਆ ਫਿਰ ਕਿਉਂਕਿ ਮੈਨੂੰ ਇੱਦਾਂ ਸੀ ਕਿ ਹੁਣ ਅਲੱਗ ਜਿਹਾ ਫਿਰ ਕੀ ਫਿਰ ਮੈਂ ਹਾਂ ਚੱਲ ਕੋਈ ਨਹੀਂ ਅੱਜ ਇੱਕ ਹੋਰ ਆਉਣਾ ਆ ਅਤੇ ਆਪਾਂ ਥੋੜ੍ਹਾ ਬਣਾ ਦਿੰਦੇ ਹਾਂ ਕਿ ਖਰਚਾ ਪਾਣੀ ਆ ਮੈਨੂੰ ਸੁੱਖ ਨਾ 10 ਦਿਨ ਹੋ ਗਿਆ ਇਹ ਐਤਕੀ ਨਾ ਸਾਡਾ ਵੈਸੇ ਪਾਰਸਲ ਨਾ 4-5 ਦਿਨਾਂ 'ਚ ਪਹੁੰਚ ਜਾਂਦਾ ਪਤਾ ਨਹੀਂ ਕੀ ਪ੍ਰੋਬਲਮ ਆਈ ਕੀ ਨਹੀਂ ਮੇਰੀ ਹੁਣੇ ਵੀਰੇ ਨਾਲ ਗੱਲ ਹੁੰਦੀ ਸੀ ਉੱਧਰੋਂ ਅਤੇ ਉੱਧਰੋਂ ਵੀ ਮੇਲ ਆ ਗਈ ਕਿ ਤੁਹਾਡਾ ਡਿਲੀਵਰ ਹੋਏ ਨਾ ਮੈਂ ਉਹ ਵੀ ਹੈਰਾਨ ਹੁੰਦਾ ਸੀ ਉਹ ਕਹਿੰਦਾ ਮੈਂ ਮੇਲ ਮੂਲ ਕਹਿੰਦਾ ਕਿ ਕੋਈ ਨਾ ਮੈਂ ਮੇਲ ਪਾਉਂਦਾ ਉਹਨਾਂ ਨੂੰ ਕਿ ਸਵੇਰ ਤੱਕ ਆਪਣਾ ਹੱਲ ਹੋ ਜੂਗਾ ਕਿ ਆ ਜੂਗਾ ਕਿਉਂਕਿ ਹੁਣ 10 ਦਿਨ ਹੋ ਗਏ ਆ ਅਤੇ ਪਾਰਸਲ ਇਹ ਨਹੀਂ ਪਹੁੰਚਿਆ ਫਿਰ ਮੇਰੇ ਗੱਲ ਕਰਦੇ ਕਰਦੇ ਹੀ ਮੇਲ ਆ ਗਈ ਅਤੇ ਮੇਲ ਆ ਗਏ ਕਿ ਨਾਮ ਆ ਕਿ ਲਓ ਭਾਈ ਇਹ ਤੁਹਾਡਾ ਕੋਰੀਅਰ ਪਾਰਸਲ ਆ ਜਿਹੜਾ ਉਹ ਡਿਲੀਵਰ ਹੋ ਜਾਣਾ ਆ ਲਓ ਨਜ਼ਾਰੇ ਮਾਣੋ ਆਨੰਦ ਅਤੇ ਹਾਂ ਅਤੇ ਮੈਂ ਕਹਿੰਦਾ ਸੀ ਅਜੇ ਤੱਕ ਮੈਂ ਉਹਨੂੰ ਫਿਰ ਕਿਹਾ ਮੈਂ ਭਰਾ ਪੈਸੇ ਤਾਂ ਦੱਸ ਦੇ ਕੀ ਲੱਗੇ ਆ ਕੀ ਚਾਰਜਸ ਆ ਕੋਈ ਨਹੀਂ ਕਰ ਲਾਂਗੇ ਮੈਂ ਤੁਹਾਨੂੰ ਸਵੇਰੇ ਦੱਸਦਾ ਇਹ ਮੈਨੂੰ ਖੁਦ ਨੂੰ ਨਹੀਂ ਪਤਾ ਮੈਨੂੰ ਫੋਨ ਕਰਕੇ ਕਰੀ ਕਨਫਰਮ ਕਰਦਾ ਕਿ ਖਰਚਾ ਪਾਣੀ ਆਇਆ ਪਾਰਸਲ ਦਾ ਜਾਂ ਜੋ ਵੀ ਆ ਵੈਸੇ ਚੱਲ ਪੁਰਾਣਿਆਂ ਤੋਂ ਐਸਟੀਮੇਟ ਹੈਗਾ ਆਪਾਂ ਜਾਂ ਪੁਰਾਣੀ ਲੈ ਕੇ ਚੱਲਦੇ ਹਾਂ ਪੁਰਾਣਿਆਂ ਦੇ ਹਿਸਾਬ ਨਾਲ ਹੀ ਅਤੇ ਖੋਲਦੇ ਹਾਂ ਆ ਲੈਣ ਦਿਓ ਪਾਰਸਲ ਇੱਕ ਵਾਰੀ ਦੈਨ ਤੁਹਾਨੂੰ ਵੀ ਦਿਖਾਉਂਦੇ ਹਾਂ ਚੈੱਕ ਕਰਾਉਂਦੇ ਹਾਂ ਕੀ ਆਇਆ ਫਿਰ ਐਰਕੀ ਐਰਕੀ ਦਾ ਮੇਰੇ ਅੰਦਰ ਲੱਡੂ ਫੁੱਟਦੇ ਕਿਉਂਕਿ ਫੇਵਰੇਟ ਚੀਜ਼ ਆ ਮੇਰੀ ਹੈ ਨਾ ਇੰਡੀਆ ਦੀ ਕਹਿ ਲਓ ਜਾਂ ਕੁਛ ਵੀ ਇੱਥੋਂ ਮਿਲਦੀ ਉਹ ਚੀਜ਼ ਬਟ ਉੱਦਾਂ ਦੀ ਨਹੀਂ ਮਿਲਦੀ ਸੋ ਫੇਵਰੇਟ ਵਨ ਚੀਜ਼ ਆ ਰਹੀ ਆ ਮੇਰੀ ਅਤੇ ਹੋਲੋ ਤਗੜੇ ਮਿੱਤਰੋ ਜਿਹਨੇ ਜਿਹਨੇ ਚਾਹੀਦੀ ਆ ਕਰਦੇ ਆ ਮੈਨੂੰ ਕਮੈਂਟ ਕਰਦੇ ਹੁਣ ਜਦ ਤੱਕ ਮੈਂ ਖਾ ਲੈਣੀ ਆ ਕੋਈ ਨਹੀਂ ਮੈਂ ਕਹਿ ਲੂੰਗਾ ਮੁੱਕ ਗਿਆ ਕਿਉਂਕਿ ਇਹ ਵਲੌਗ ਹਜੇ ਕਾਫੀ ਟਾਈਮ ਬਾਅਦ ਆਉਣਾ ਉਹਨਾਂ ਚਿਰ ਤੱਕ ਤਾਂ ਆਪਾਂ ਰਗੜ ਰੁਗੜ ਜਾਣਾ ਸਾਰਾ ਕੁਛ ਐਡਾ ਕੋਈ ਚੱਕਰ ਨਹੀਂ ਮਜ਼ਾਕ ਕਰਨਾ ਯਾਰ ਅਤੇ ਆ ਕੀ ਆ ਅਤੇ ਚਲੋ ਮਿਲਦੇ ਗਾੜੀ ਗਾੜੀ ਓਕੇ ਲਓ ਬਈ ਚੱਟੋ ਐਰਕੀ ਨਿੱਕੂ ਜਿਹਾ ਆਇਆ ਇਹ ਲੱਗਦਾ ਹੀ ਨਿੱਕੂ ਆ ਵਿਚਾਰਾ ਵੀਰਾ ਜਾਂਦਾ ਉਹ ਨਿੱਕਾ ਜਿਹਾ ਕਰਕੇ ਭੇਜਦਾ ਕਿ ਛੋਟੇ ਡੱਬੇ ਵਾਲੀ ਪੈਕਿੰਗ ਦੇ ਪਾਰਸਲਾਂ ਦਾ ਮੈਂ ਹੁਣੇ ਦੱਸ ਦਿੰਦਾ ਕਿਵੇਂ ਸਿਸਟਮ ਹੁੰਦਾ ਆ ਬੇਸ਼ੱਕ ਭਾਰ ਘੱਟ ਆ ਮੰਨ ਕੇ ਚੱਲੋ ਫੋਰ ਇਗਜ਼ਾਮਪਲ ਕਿ ਆਪਾਂ 5 ਕਿਲੋ ਪਾਰਸਲ ਕਰਾਉਣਾ ਹੈ ਨਾ ਜੇ ਉਹ 5 ਕਿਲੋ ਵਾਲੇ ਡੱਬੇ ਦੇ ਵਿੱਚ ਪੂਰਾ ਆ ਜਾਂਦਾ ਤਾਂ ਉਹ 5 ਕਿਲੋ 'ਚ ਗਿਣਿਆ ਜਾਊਗਾ ਜੇ ਉਹ 5 ਕਿਲੋ ਉਹ ਚੀਜ਼ ਹੀ ਫਲਾਵਟ ਵਾਲੀ ਆ ਕੋਈ ਇੱਦਾਂ ਦੀ ਆ ਕਿ ਉਹ 5 ਕਿਲੋ ਵਾਲਾ ਡੱਬਾ ਨਹੀਂ ਉਹਦੇ ਲਈ ਆਪਾਂ ਨੂੰ 8 ਕਿਲੋ ਵਾਲਾ ਡੱਬਾ ਯੂਜ਼ ਕਰਨਾ ਪੈ ਰਿਹਾ ਤਾਂ ਉਹ 8 ਕਿਲੋ ਦੇ ਅੰਡਰ ਆਊਗੀ ਇਕੱਲਾ ਵੇਟ ਹੀ ਨਹੀਂ ਸਾਈਜ਼ ਵੀ ਇਹ ਚੀਜ਼ਾਂ ਦਾ ਮੈਟਰ ਕਰਦਾ ਹੁੰਦਾ ਆ ਸੋ ਹੈਗਾ ਤਾਂ ਪਿੱਦੂ ਜਿਹਾ ਇੱਕ ਹੱਥ ਨਹੀਂ ਚੱਕਿਆ ਜਿਹੜਾ ਪਰ ਭਾਰ ਆਇਆ 7-8 ਕਿਲੋ ਦਾ ਹੈਗਾ ਆ ਚੱਕੋ ਚੱਕ ਲਾ ਇਹ ਇੱਦਾਂ ਵੀ ਗੱਡਾ ਵੀ ਚੱਕਰ ਇੱਕ ਹੱਥ ਨਾਲ 7-8 ਕਿਲੋ ਨਾਲ ਚੱਕਿਆ ਜਾਓ ਮੈਂ ਡਿੰਗਣਾ ਜਾ ਮੇਰਾ ਰੱਦ ਉਹ ਨਹੀਂ ਹੋ ਰਿਹਾ ਹੌਸਲਾ ਨਹੀਂ ਹੋ ਰਿਹਾ ਕਿ ਇਹਨੂੰ ਨਾ ਖੋਲਾਂ ਬਟ ਨਦੀ ਫਿਰ ਬੁੱਲ ਜੂ ਗਿਰਦੀ ਹੁੰਦੀ ਕਿ ਮੈਂ ਤੇਰੇ ਲਈ ਵੇਟ ਕੀਤੀ ਤੂੰ ਮੇਰੇ ਬਿਨਾਂ ਉਹ ਖੋਲ ਲਿਆ ਅਤੇ ਸੋ ਵੇਟ ਨਵਦੀਪਾ ਸਿਉਂ ਆਊਗਾ ਆਪਾਂ ਫਿਰ ਹੀ ਓਪਨ ਕਰਾਂਗੇ ਇਹਨੂੰ ਜੀ ਕਰਦਾ ਕੱਢ ਕੇ ਪਰ ਨਵਦੀਪਿਆ ਤੇਰੇ ਲਈ ਵੇਟ ਕਰਨੀ ਪੈਣੀ ਜੀ ਅਤੇ ਆਪਾਂ ਨਾ ਤੋਂ ਕੇ ਰੈਡੀ ਸ਼ੈਡੀ ਹੋ ਗਏ ਸੀ ਰੈਡੀ ਸ਼ੈਡੀ ਨੂੰ ਆਪਾਂ ਕਿਹੜਾ ਮੇਕਅਪ ਕਰਨਾ ਹੁੰਦਾ ਆ ਮੈਂ ਕਹਿੰਦਾ ਭਾਵ ਨਾ ਤੋਂ ਲਿਆ ਸੀ ਆ ਗਏ ਸੀ ਨਵਦੀਪਿਨ ਛੱਡ ਕੇ ਉਹ ਸੱਚ ਤੈਨੂੰ ਪਤਾ ਹੀ ਆ ਪਾਰਸਲ ਆਇਆ ਸੀ ਆਪਣਾ ਅਤੇ ਧਰਮ ਨਾ ਹੀ ਆਹ ਵਿਆਹ ਆ ਮੈਂ ਹੀ ਜਾਣਦਾ ਕਿ ਮੈਂ ਕਿੱਦਾਂ ਕੰਟਰੋਲ ਕੀਤਾ ਹੋਇਆ ਕਿ ਨਾ ਖੋਲਾਂ ਨਾ ਖੋਲਾਂ ਮੈਂ ਕਿ ਨਵਦੀਪੀ ਦੇ ਆਇਆ ਹੀ ਖੋਲਾਂ ਬਟ ਵੇਟ ਨਹੀਂ ਹੋ ਰਹੀ ਸੋ ਚਲੋ ਜਲਦੀ ਜਲਦੀ ਆਪਾਂ ਨਵਦੀਪ ਨੂੰ ਲਾਈਏ ਫਿਰ ਆ ਕੇ ਖੋਲਦੇ ਹਾਂ ਨਾਲੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਿੰਦੇ ਹਨਾ ਜਿਹੜੇ ਮੈਨੂੰ ਕਮੈਂਟ ਆਉਂਦੇ ਨੇ ਮੈਸੇਜ ਆਉਂਦੇ ਨੇ ਹਾਲਾਂਕਿ ਮੈਂ ਪਹਿਲਾਂ ਵਲੌਗ 'ਚ ਦੱਸਿਆ ਹੋਇਆ ਚੱਲ ਕੋਈ ਨਹੀਂ ਸਾਡਾ ਕੀ ਜਾਂਦਾ ਇੱਕ ਵਾਰੀ ਫਿਰ ਬੋਲ ਦਿੰਦੇ ਹਾਂ ਜੇ ਹੈ ਨਾ ਤੁਸੀਂ ਇੰਨੇ ਜ਼ਿਆਦਾ ਕੁਸ਼ਚਨ ਹਜੇ ਵੀ ਪੁੱਛਦੇ ਹੀ ਪਏ ਹਾਂ ਤਾਂ ਸੋ ਸਕਦਾ ਕਿ ਨਹੀਂ ਦੇਖਿਆ ਹੋਵੇ ਵਲੌਗ ਖਾਸ ਕਿਹੜਾ ਕੋਈ ਐਡਾ ਹੀ ਹੋਊਗਾ ਕਿ ਹੋ ਸਕਦਾ ਤੁਸੀਂ ਨਾ ਦੇਖਿਆ ਹੋਵੇ ਵਲੌਗ ਕੋਈ ਨਾ ਆਪਾਂ ਫਿਰ ਬਣਾ ਦਿੰਦੇ ਹਾਂ ਸੋ ਉਮੀਦ ਕਰਦੇ ਹਾਂ ਜਿਨ੍ਹਾਂ ਨੇ ਉਹ ਨਹੀਂ ਸੀ ਦੇਖਿਆ ਉਹ ਆਹ ਦੇਖ ਲੈਣ ਤਾਂ ਕਿ ਉਹਨਾਂ ਨੂੰ ਇਹ ਵਾਲੀ ਇਨਫੋਰਮੇਸ਼ਨ ਮਿਲ ਜੇ ਚਲੋ ਨਵਦੀਪ ਨੂੰ ਲੈ ਆਈਏ ਫਿਰ ਆਪਾਂ ਮਿਲਦੇ ਹਾਂ ਜੋ ਐਕਸਾਈਟਡ ਫੋਰ ਓਪਨ ਦਾ ਕੋਰੀਅਰ
ਮੈਂ ਸੋਚਦਾ ਫਿਰਦਾ ਕਿ ਤਿੰਨ ਚਾਰਾਂ ਨਾਲ ਸਾਹਿਬ ਦਾ ਹੀ ਲਾਈ ਬੈਠੇ ਆ ਤੇ ਕਿਹਨੂੰ ਕਿਹਨੂੰ ਦਵਾਂਗੇ ਚਲੋ ਬਾਬਾ ਰੱਖ ਮੈਂ ਥੋੜੀ ਤਾਂ ਖਾਣੀ ਨਹੀਂ ਚਾਹੁੰਦਾ ਭਾਈ ਭਾਈ ਸੌਰੀ ਜਿਹਨੂੰ ਘੱਟ ਮਿਲੂਗੀ ਜੋ ਵੀ ਆ ਜਿਹਨਾਂ ਜਿਹਨਾਂ ਨਾਲ ਕੋਈ ਇੱਕ ਦੋ ਜਾਣਿਆਂ ਨਾਲ ਸਾਹਿਬ ਦਾ ਹੀ ਲੱਗੀ ਆ ਮੇਰੀ ਇਹ ਇਸ ਪੱਖੋਂ ਮੈਂ ਉਹ ਹਾਂ ਮੈਂ ਪੰਜਾਬ 'ਚ ਹੁੰਦਾ ਮੈਂ ਡੋ ਬਾਲਟੀਆਂ ਭਰ ਭਰ ਵੰਡ ਦਿੰਦਾ ਮੈਂ ਬਟ ਸੌਰੀ ਬਟ ਨਾਓ ਆਈ ਐਮ ਵੈਰੀ ਸੌਰੀ ਕਹਿੰਦੇ ਹੁੰਦੇ ਵੰਡ ਖਾਓ ਖੰਡ ਖਾਓ ਇਕੱਲੇ ਖਾਓ ਹੱਡ ਖਾਓ ਪਰ ਇਸ ਵਾਰ ਮੈਂ ਹੱਡ ਖਾਣ ਨੂੰ ਤਿਆਰ ਹਾਂ ਇਸ ਵਾਰ ਮੈਂ ਖੰਡ ਖਾਣ ਨੂੰ ਰਹਿਣ ਦਿੰਦਾ ਸੋ ਇਹ ਚੀਜ਼ ਨੂੰ ਮੈਂ ਈਜ਼ਲੀ ਨਹੀਂ ਲਿਆ ਸਕਦਾ ਸੋ ਚਲੋ ਮਿਲਦੇ ਹਾਂ ਅਤੇ ਅੱਜ ਪਾਰਸਲ ਨਵਦੀਪ ਕੌਰ ਖੋਲੂਗੀ ਕਿਉਂਕਿ ਇਹਦੀ ਸ਼ਿਕਾਇਤ ਆ ਇਹ ਕਹਿੰਦੀ ਹਰੇ ਵਾਰੀ ਤੂੰ ਹਰੇਕ ਵਾਰੀ ਤੂੰ ਖੋਲ ਲੈਣ ਹੋ ਚੱਲ ਰੱਖ ਨੂੰ ਪਰੇ ਕਹਿੰਦੀ ਕਿ ਹਰੇਕ ਵਾਰੀ ਤੂੰ ਖੋਲ ਲੈਂਦਾ ਆ ਮੇਰੇ ਨਾਲ ਮੂੰਹ ਬਣਾਇਆ ਸੀ ਇਹਨੇ ਓਪਨ ਕਰ ਇਹਨੂੰ ਗਲਤ ਖੋਲਣ ਦੇ ਕੀ ਆ ਵਾਲਾ ਆਏ ਹਾਏ ਕੀ ਬਾਤਾਂ ਨੇ ਖਿਸਕੇ ਖਿਸਕੀਆਂ ਇਹ ਆ ਨਵਦੀਪ ਦੇ ਟਾਂਗਰ ਇਹ ਸ਼ੱਕਰ ਬਾਰੇ ਆਏ ਹਾਏ ਹਾਏ ਆਉਂਦੇ ਹੁਣ ਆ ਮੇਰੀ ਕੋਟੀ ਏਦਾਂ ਦੀ ਮੈਂ ਇੱਥੋਂ ਬਹੁਤ ਟਰਾਈ ਕੀਤੀ ਸਵਾਦ ਆ ਗਿਆ ਲੱਡੂ ਖਾ ਕੇ ਸੋ ਇੱਧਰ ਸ਼ੱਕਰ ਪਾਰੇ ਲੱਡੂ ਇੱਧਰ ਕਹਿੰਦੇ ਨੇ ਮੇਰੇ ਵੀਰੋ ਟਾਂਗਰ ਮਿੱਠੇ ਇਹ ਨਵਦੀਪ ਨੇ ਸਪੈਸ਼ਲ ਮੰਗਵਾਏ ਕਹਿ ਗਏ ਆਹ ਤਾਂ ਜਾਨ ਆ ਮੇਰੀ ਇਹਦੇ ਤਾਂ ਜਾਨ ਆ ਮੇਰੀ ਬੂੰਦੀ ਬਦਾਨਾ ਹੁਣ ਨਵਦੀਪ ਜਿੰਨੇ ਚਿਰ ਚੜ੍ਹਦੀ ਆ ਤੁਹਾਨੂੰ ਮੈਂ ਦੱਸਦਾ ਮੁੱਦੇ ਦੀ ਗੱਲ ਸੋ ਇਹ ਹੈ ਨਾ ਮਾਸੀ ਦੇ ਮੁੰਡੇ ਦਾ ਵਿਆਹ ਹੋਇਆ ਅਤੇ ਤਾਏ ਦੇ ਮੁੰਡੇ ਦਾ ਵੀ ਵਿਆਹ ਹੋਇਆ ਸੋ ਇੱਕ ਵਿਆਹ ਉਹਨੂੰ ਮਿਸ ਜਿਹਾ ਕਰਦੇ ਸੀ ਤੱਕਦੇ ਸੀ ਘਰਦਿਆਂ ਨੇ ਕਰਤਾ ਹੈ ਨਾ ਅਤੇ ਧੰਨਵਾਦ ਜੀ ਸਾਰਿਆਂ ਦਾ ਮਜ਼ਾ ਆ ਗਿਆ ਧੰਨਵਾਦ ਮੰਮੀ ਜੀ ਡੈਡੀ ਜੀ ਅਨਮੋਲ ਜੀ ਜਿੰਨਾ ਕਰੋ ਭਾਜੀ ਜੀ ਆਈ ਉਹਨਾਂ ਨੂੰ ਜੀ ਅਤੇ ਚਲੋ ਵਿਆਹ 'ਤੇ ਨਹੀਂ ਪਹੁੰਚੇ ਕੁਛ ਫੀਲਿੰਗਸ ਉਹ ਜਿਹੀਆਂ ਹੋ ਗਈਆਂ ਅਤੇ ਮਿਹਰਬਾਨੀ ਅਤੇ ਹੈ ਨਾ ਪਹਿਲਾਂ ਵਲੋਗ ਬਣਾਇਆ ਸੀ ਕਾਫੀ ਇਹਦੇ ਕਮੈਂਟ ਆਉਂਦੇ ਨੇ ਯਾਰ ਦੇਖੋ ਹੈ ਨਾ ਹਰ ਇੱਕ ਚੀਜ਼ ਦਾ ਵੱਖਰਾ ਵੱਖਰਾ ਹਿਸਾਬ ਹੁੰਦਾ ਜੇ ਆਪਾਂ ਲਿਕੁਇਡ ਵਾਲੀ ਚੀਜ਼ ਮੰਗਾਉਣੀ ਆ ਉਹਦਾ ਵੱਖਰਾ ਪੈਸੇ ਪੂਸੇ ਲੱਗਦੇ ਆ ਜੇ ਆਪਾਂ ਖਾਣ ਵਾਲੀ ਚੀਜ਼ ਮੰਗਾਉਣੀ ਆ ਉਹਦੇ ਵੱਖਰੇ 'ਚ ਪੈਸੇ ਲੱਗਦੇ ਆ ਜੇ ਆਪਾਂ ਕੱਪੜੇ ਕੁੱਪੜੇ ਇੱਦਾਂ ਦੀਆਂ ਚੀਜ਼ਾਂ ਮੰਗਾਉਣੀਆਂ ਉਹਦੇ ਵੱਖਰੇ ਅਤੇ ਆਪਾਂ ਕੋਰੀਅਰ ਦੇ ਵਿੱਚ ਸੋਨੇ ਚਾਂਦੀ ਦੀਆਂ ਗਹਿਣੇ ਗੱਟੇ ਇੱਦਾਂ ਦੀਆਂ ਚੀਜ਼ਾਂ ਕੋਰੀਅਰ ਨਹੀਂ ਹੁੰਦੀਆਂ ਇੱਦਾਂ ਲੋਕਲ ਹੋ ਜਾਂਦੀਆਂ ਹੋਣਗੀਆਂ ਇੰਟਰਨੈਸ਼ਨਲ ਨਹੀਂ ਹੁੰਦੀਆਂ ਜਾਂ ਕੁਛ ਕੁ ਕਰਦੇ ਹੋਣਗੇ ਬਟ ਜਿਹਨਾਂ ਤੋਂ ਜਿਹੜੀ ਕੰਪਨੀ ਥਰੂ ਅਸੀਂ ਮੰਗਾਉਂਦੇ ਹਾਂ ਉਹ ਨਹੀਂ ਕਰਦੇ ਸੋ ਇਵੇਂ ਆ ਜੇ ਆਪਾਂ ਕੱਪੜੇ ਕੁੱਪੜੇ ਮੰਗਾਉਂਦੇ ਹਾਂ ਤਾਂ ਮੈਨੂੰ ਲੱਗਦਾ ਕੋਈ 10 ਕਿਲੋ ਦਾ 7,000 ਦੇ ਰਾਊਂਡ ਲੱਗਦਾ ਆ 7-8 ਹਜ਼ਾਰ ਦੇ ਰਾਊਂਡ ਸੋ ਜਿੰਨਾ ਆਪਾਂ ਵੇਟ ਘੱਟ ਉੱਨਾ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਵੀ ਸਮਝਾਇਆ ਸੀ ਮੰਨ ਕੇ ਚੱਲੋ ਊਬਰ ਆ ਆਪਾਂ ਜਿੱਥੇ ਕੈਨੇਡਾ ਵਾਲੇ ਮੰਨ ਕੇ ਚੱਲੀਏ ਆਪਾਂ ਇੱਕ ਟੈਕਸੀ ਕਰਾਈ ਆ ਟੈਕਸੀ ਜੇ ਆਪਾਂ ਇਕੱਲੇ ਜਾਂਦੇ ਹਾਂ ਆਪਾਂ ਟੈਕਸੀ ਵਾਲੇ ਨੂੰ ਤਾਂ ਵੀ ਆਪਾਂ ਕੀ ਨਾਮ ਆ $50 ਜਾਂ ₹50 ਹੀ ਦੇਵਾਂਗੇ
बट जे आपां उहदे विच आपां तीन जने होर नाल बैठ के तुर जांदे आ दो जने आपां फिर वी इहनूं 50 देवांगे। सो मुक्क दी गल उहदा आउण जाण दा तां उहदा लगणा ही आपां इक जने जाओ भला तीन जने जाओ, बस इहदी थोड़ा जिहा सिस्टम अलग आ। इहदे च आउण जाण दा खर्चा तां आपां नूं जिहड़ा पैणा आ उह पै ही जाणा आ। मन के चलो आपां किलो भेजणा तां उह 3,000-4,000 खर्चा आऊगा। सो आपणा आउण जाण दा खर्चा हो गया जी। फिर उहदे विच आपां समान प्लस करांगे, सो सिर्फ 400-500-700-800 इवें करके समान ऐड हुंदा जां पैसे हुंदे जांदे आ पर केजी दे। ਉੱਦਾਂ ਜੇ ਆਪਾਂ ਇਕੱਲਾ 1 ਕਿਲੋ ਭੇਜਾਂਗੇ ਤਾਂ 3,000-4,000 ਰੁਪਈਆ ਲੱਗੂਗਾ, ਜੇ ਉਹਦੇ ਵਿੱਚ ਆਪਾਂ ਐਡ ਆਨ ਕਰਦੇ ਜਾਵਾਂਗੇ। ਸਮਝ ਗਈ ਨਾ ਤੂੰ? ਤੂੰ ਇਹ ਚੀਜ਼ ਸਮਝੀ? ਮੈਂ ਜੋ ਕਹੀ ਫਿਰ ਮਤਲਬ ਸਾਰੇ ਸਮਝ ਜਾਣਗੇ ਕਿ ਨਹੀਂ ਸਮਝੀ? ਮੈਂ ਸੁਣਿਆ ਹੀ ਨਹੀਂ। ਤੇ ਜੇ ਮੰਨ ਕੇ ਚਲੋ ਜੇ ਆਪਾਂ 2 ਕਿਲੋ ਸਮਾਨ ਭੇਜਣਾ ਤਾਂ ਆਪਣਾ ਘੱਟੋ ਘੱਟ 4,000 ਰੁਪਈਆ ਖਰਚਾ ਆਊਗਾ। ਤਾਂ ਮੰਨ 2 ਕਿਲੋ ਸਮਾਨ ਦੇ ਜਾਣਾ ਆਪਾਂ ਪਰ ਕਿਲੋ ਦੇ ਹਿਸਾਬ ਨਾਲ ਵੇਖੀਏ ਤਾਂ 2,000 ਹੋ ਗਿਆ ਖਰਚਾ ਹੈ ਨਾ। ਜੇ ਆਪਾਂ 10 ਕਿਲੋ ਸਮਾਨ ਭੇਜਦੇ ਹਾਂ ਤਾਂ ਉਹਦੇ 8,000 ਰੁਪਈਆ ਲੱਗਦਾ। ਤਾਂ ਸੋਚ ਲਓ ਕਿ ਉਹ ਹੀ 800 ਰੁਪਈਆ ਓਨਾ ਹੀ ਘੱਟਦੇ ਗਏ। ਜੇ ਆਪਾਂ ਹੋਰ ਵਧਾਵਾਂਗੇ ਓਨਾ ਹੀ ਘੱਟ ਜਾਣਗੇ ਕਿ ਆਉਣ ਜਾਣ ਦਾ ਖਰਚਾ ਪੈ ਗਿਆ ਜਿਹੜਾ ਪੈਣਾ ਸੀ। ਫਿਰ ਤਾਂ ਕਰਕੇ ਜਿੰਨਾ ਆਪਾਂ ਸਮਾਨ ਪਲੱਸ ਕਰੀ ਜਾਵਾਂਗੇ ਆਪਾਂ ਨੂੰ ਇੱਦਾਂ ਲੱਗਦਾ ਕਿ ਥੋੜ੍ਹੇ ਹੋ ਗਏ ਆ। ਸੋ ਇਹ ਸਿਸਟਮ ਹੁੰਦਾ। ਅਤੇ ਜੇ ਆਪਾਂ ਲਿਕਵਡ ਵਾਲੀਆਂ ਚੀਜ਼ਾਂ ਮੰਗਾਉਂਦੇ ਹਾਂ ਤਾਂ ਉਹ ਮੈਨੂੰ ਲੱਗਦਾ 6,000-7,000 3,000-4,000 ਦਾ ਹੀ ਲੱਗ ਜਾਂਦਾ ਆ। ਜੇ ਆਪਾਂ ਖਾਣ ਪੀਣ ਵਾਲੀਆਂ ਚੀਜ਼ਾਂ ਮੰਗਾਉਂਦੇ ਹਾਂ ਤਾਂ ਉਹ ਵੀ ਆਈ ਥਿੰਕ ਲਿਕਵਡ ਵਾਲੇ ਦੇ ਅਕੋਰਡਿੰਗ ਹੁੰਦਾ। ਬਾਕੀ ਮੈਂ ਬਾਕੀ ਸਾਨੂੰ ਹੁਣ ਤੀਕਰ ਖਾਣ ਪੀਣ ਵਾਲੇ 4 ਪਾਰਸਲ ਆ ਗਏ ਨੇ ਆ। ਮੈਨੂੰ ਲੱਗਦਾ ਮੈਨੂੰ ਆਏ ਨੂੰ 8 ਮਹੀਨੇ ਹੋਏ ਆ ਜੀ। 5 ਕੁ ਮਹੀਨਿਆਂ ਦੇ ਵਿੱਚ ਵਿੱਚ ਜਦੋਂ ਦੀਆਂ ਸਰਦੀਆਂ ਸ਼ੁਰੂ ਹੋਈਆਂ ਪਹਿਲਾਂ ਘਰਦਿਆਂ ਨੇ ਪੰਜੀਰੀ ਭੇਜਤੀ। ਇਹ ਸਿਸਟਮ ਹੁੰਦਾ ਸਾਰਾ। ਵੈਸੇ ਮੈਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਦੱਸਿਆ ਹੋਇਆ, ਲੱਗਦਾ ਕਾਫੀਆਂ ਨੇ ਨਹੀਂ ਵੇਖੀ, ਮੈਨੂੰ ਹਜੇ ਵੀ ਕਾਫੀ ਕਮੈਂਟ ਆਉਂਦੇ ਨੇ। ਹਾਲਾਂਕਿ ਜੇ ਮੈਂ ਇੰਸਟਾਗ੍ਰਾਮ ਵਗੈਰਾ 'ਤੇ ਸਟੋਰੀ ਪਾਈ ਤਾਂ ਫਿਰ ਉਹਨੂੰ ਵੇਖ ਕੇ ਵੀ ਬੜੇ ਕਮੈਂਟ ਆ ਜਾਣੇ ਨੇ। ਸੋ ਸਾਰੇ ਨੇ ਵਲੌਗ ਵੇਖ ਲਿਓ ਅਤੇ ਚਲੋ ਠੀਕ ਆ ਜੀ। ਟਾਟਾ ਬਾਏ ਬਾਏ। ਇਹ ਸੀ ਆਪਣਾ ਵਲੌਗ ਅਤੇ ਧੰਨਵਾਦ ਸਾਰਿਆਂ ਦਾ, ਸਾਰਿਆਂ ਦਾ ਸਪੋਰਟ ਕਰ ਲਈ, ਪਿਆਰ ਕਰ ਲਈ। ਅਤੇ ਮਿਲਦੇ ਆਪਾਂ ਕਿਸੇ ਹੋਰ ਵਲੌਗ ਦੇ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਬਾਏ ਬਾਏ ਜੀ, ਟਾਟਾ। ਮਿਲਦੇ ਹਾਂ ਕਿਸੇ ਹੋਰ ਵਲੌਗ 'ਚ। ਬਾਏ ਬਾਏ ਬਾਏ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਗਲੈਮ ਬਾਏ ਨਾਂ ਵਾਲਾ ਵੀ ਚੈੱਕ ਕਰ ਲਓ ਜਿਹਨੇ ਨਹੀਂ ਕੀਤਾ। ਓਕੇ ਜੀ, ਬਾਏ ਬਾਏ।